ਦੋਸਤੋ ਟੈਕਨੀਕਲ ਜੋਬ ਪੁਆਇੰਟ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ ਦੇ ਵਿੱਚ ਇੱਕ ਹੋਰ ਭਰਤੀ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਜੀ। ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਜੇਕਰ ਦੋਸਤੋ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਚਲੋ ਦੋਸਤੋ ਵੀਡੀਓ ਨੂੰ ਸਟਾਰਟ ਕਰਦੇ ਹਾਂ। ਹਾਂਜੀ ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਤੋਂ ਅਨਾਊਂਸਮੈਂਟ ਕੀਤਾ ਗਿਆ ਹੈ। ਟੋਟਲ ਪੋਸਟਾਂ ਦੀ ਗਿਣਤੀ ਹੈ 78 ਪੋਸਟਾਂ ਨੇ ਜੀ ਨਾਇਬ ਤਹਿਸੀਲਦਾਰ ਦੀਆਂ। ਇਹ ਫਾਰਮ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ, ਮੇਲ ਅਤੇ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਹਨ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੋਸਟਾਂ ਦੀ ਵੰਡ ਦੀ। ਜਨਰਲ ਦੀਆਂ ਟੋਟਲ 27 ਪੋਸਟਾਂ ਨੇ, ਇਹਨਾਂ ਵਿੱਚੋਂ 8 ਪੋਸਟਾਂ ਵੂਮੈਨ ਕੈਂਡੀਡੇਟਸ ਦੀਆਂ ਨੇ। ਵੂਮੈਨ ਕੈਂਡੀਡੇਟਸ ਨੂੰ 33% ਦਾ ਰਿਜ਼ਰਵੇਸ਼ਨ ਦਿੱਤਾ ਗਿਆ ਹੈ। ਤੁਸੀਂ ਆਪਣੀ ਕੈਟਾਗਰੀ ਨੂੰ ਚੈੱਕ ਕਰ ਸਕਦੇ ਹੋ। ਟੋਟਲ 78 ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ, 24 ਪੋਸਟਾਂ ਫੀਮੇਲ ਕੈਂਡੀਡੇਟਸ ਦੀਆਂ ਰਹਿਣਗੀਆਂ। ਦੋਸਤੋ ਗੱਲ ਕਰੀਏ ਪੇ ਸਕੇਲ ਦੀ, ਪੇ ਸਕੇਲ ਤੁਹਾਨੂੰ 35,400 ਰੁਪਇਆ ਪਰ ਮੰਥ ਸੈਲਰੀ ਦਿੱਤੀ ਜਾਏਗੀ। ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਹੋਵੇ ਅਤੇ ਨਾਲ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਤੁਹਾਡਾ ਪਾਸ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਏਜ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ। 1/1/2021 ਤੱਕ ਤੁਹਾਡੀ ਏਜ ਕੈਲਕੂਲੇਟ ਕੀਤੀ ਜਾਏਗੀ। ਸ਼ਡਿਊਲ ਕਾਸਟ ਅਤੇ ਬੈਕਵਰਡ ਕਲਾਸ ਦੇ ਜਿਹੜੇ ਕੈਂਡੀਡੇਟ ਨੇ 42 ਸਾਲ ਤੱਕ ਅਪਲਾਈ ਕਰ ਸਕਦੇ ਹਨ। ਉਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਹਾਂ ਰਿਟਨ ਐਗਜ਼ਾਮੀਨੇਸ਼ਨ ਦੀ। ਰਿਟਨ ਐਗਜ਼ਾਮੀਨੇਸ਼ਨ ਤੁਹਾਡਾ 300 ਮਾਰਕਸ ਦਾ ਰਹੇਗਾ। 120 ਕੁਸ਼ਚਨ ਤੁਹਾਡੇ ਤੋਂ ਪੁੱਛੇ ਜਾਣਗੇ, 1 ਕੁਸ਼ਚਨ ਦੇ 2.5 ਨੰਬਰ ਹੋਣਗੇ। ਟੋਟਲ ਤੁਹਾਨੂੰ ਟਾਈਮ 2 ਘੰਟਿਆਂ ਦਾ ਦਿੱਤਾ ਜਾਊਗਾ। 120 ਕੁਸ਼ਚਨਾਂ ਦੇ ਵਿੱਚੋਂ 40 ਕੁਸ਼ਚਨ ਤੁਹਾਡੇ ਤੋਂ ਲੌਜੀਕਲ ਰੀਜ਼ਨਿੰਗ ਅਤੇ ਮੈਂਟਲ ਅਬਿਲਟੀ ਦੇ ਪੁੱਛੇ ਜਾਣਗੇ ਅਤੇ ਇਹ 100 ਨੰਬਰ ਦੇ ਹੋਣਗੇ। ਇਹਨਾਂ ਵਿੱਚੋਂ 80 ਕੁਸ਼ਚਨ ਤੁਹਾਡੇ ਤੋਂ ਜਨਰਲ ਨੌਲੇਜ ਅਤੇ ਕਰੰਟ ਅਫੇਅਰਸ ਦੇ ਪੁੱਛੇ ਜਾਣਗੇ, ਇਹ ਟੋਟਲ 200 ਨੰਬਰ ਦੇ ਹੋਣਗੇ। ਇਸ ਤਰ੍ਹਾਂ ਤੁਹਾਡਾ 300 ਨੰਬਰ ਦਾ ਪੇਪਰ ਲਿਆ ਜਾਏਗਾ। ਦੋਸਤੋ ਅਪਲਾਈ ਕਰਨ ਦਾ ਢੰਗ ਹੈ ਜੀ, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ppsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਦੀ ਲਾਸਟ ਡੇਟ ਹੈ 8 ਜਨਵਰੀ 2021 ਰਾਤ 12 ਵਜੇ ਤੱਕ ਤੁਸੀਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ। ਔਰ ਸੈਕਿੰਡ ਸਟੈਪ ਰਹੇਗਾ ਜੀ ਫੀਸ ਪੇ ਕਰਨ ਦਾ, 15 ਜਨਵਰੀ 2021 ਤੱਕ ਤੁਸੀਂ ਫੀਸ ਪੇਮੈਂਟ ਕਰ ਸਕਦੇ ਹੋ। ਅਪਲਾਈ ਕਰਨ ਦੇ ਲਈ ਫੀਸ ਤੁਸੀਂ ਪੇਮੈਂਟ ਕਰਨੀ ਹੋਵੇਗੀ SC ST ਅਤੇ ਬੈਕਵਰਡ ਕਲਾਸ ਨੂੰ 1125 ਰੁਪਏ ਫੀਸ ਪੇਮੈਂਟ ਕਰਨੀ ਹੋਵੇਗੀ। ਐਕਸ ਸਰਵਿਸਮੈਨ ਪੰਜਾਬ ਨੂੰ ਟੋਟਲ 500 ਰੁਪਏ ਫੀਸ ਹੈ ਜੀ। ਆਲ ਅਦਰਸ ਕੈਟੇਗਰੀ ਨੇ ਉਹਨਾਂ ਨੂੰ 3000 ਰੁਪਏ ਫੀਸ ਪੇਮੈਂਟ ਕਰਨੀ ਹੋਵੇਗੀ। ਫਿਜ਼ੀਕਲ ਹੈਂਡੀਕੈਪ ਨੇ ਜਿਹੜੇ ਪੰਜਾਬ ਨਾਲ ਬਿਲੋਂਗ ਕਰਦੇ ਨੇ, 1750 ਰੁਪਏ ਉਹਨਾਂ ਨੂੰ ਫੀਸ ਪੇਮੈਂਟ ਕਰਨੀ ਹੋਵੇਗੀ। ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਪਲੱਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗਾ। ਉੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਇੱਕ ਵਾਰੀ ਰੀਡ ਕਰਕੇ ਫਿਰ ਅਪਲਾਈ ਕਰ ਸਕਦੇ ਹੋ। ਉਮੀਦ ਕਰਦਾ ਦੋਸਤੋ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਏਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।